ਦਾ ਨਾ 11 ਤਰੀਕ ਨੂੰ ਇੰਟਰਵਿਊ ਸੀਗੀ ਸਰ, ਅੱਛਾ ਤੇ ਸਰ ਆਪਣੀ ਲਾਸਟ ਮੰਥ ਵੀ ਗੱਲ ਹੋਈ ਸੀਗੀ, ਤੇ ਸਰ ਫਿਰ ਮੈਂ ਤੁਹਾਡੀਆਂ ਵੀਡੀਓਜ਼ ਦੇਖੀਆਂ ਸੀਗੀਆਂ, ਤੇ ਸਰ ਫਿਰ ਮੈਂ ਤਿਆਰੀ ਕੀਤੀ ਸੀਗੀ ਸਰ ਆਪਣੀ ਇੰਟਰਵਿਊ ਦੀ, ਤੇ ਸੋ ਸਰ ਮੇਰੀ ਇੰਟਰਵਿਊ ਹੋ ਗਈ ਸੀਗੀ 11 ਤਰੀਕ ਨੂੰ, ਤੇ ਮੈਨੂੰ ਮੈਡਮ ਨੇ ਸੈਟੀਸਫਾਈ ਕਹਿ ਦਿੱਤਾ ਸੀਗਾ ਵੀ ਮੈਂ ਸੈਟੀਸਫਾਈ ਹਾਂ ਤੁਹਾਡੇ ਰਿਲੇਸ਼ਨ ਤੋਂ। ਕਿਹੜੇ ਤੇ ਸਵਾਲ ਕੀ ਪੁੱਛਿਆ ਹੋਇਆ ਜਾਂਦੇ ਸਰ? ਸਰ ਜਦੋਂ ਮੈਂ ਗਏ ਸਰ ਉਹਨਾਂ ਨੇ ਮੈਨੂੰ ਇਹੀ ਪੁੱਛਿਆ ਸੀਗਾ ਵੀ ਜਿੱਦਾਂ ਪਹਿਲਾਂ ਸਰ ਉਹਨੇ ਸਵਾਲ ਇਹ ਪੁੱਛਿਆ ਵੀ ਜੇ ਤੁਸੀਂ ਕੋਈ ਹੋਰ ਪੇਪਰ ਦੇਣਾ ਚਾਹੁੰਦੇ ਆ, ਜਿਹੜੀ ਫਾਈਲ ਲਗਾਈ ਆ ਉਸ ਤੋਂ ਇਲਾਵਾ ਕੋਈ ਦੇਣਾ ਚਾਹੁੰਦੇ ਉਹ ਦੇ ਸਕਦੇ ਹੋ। ਤੇ ਸਰ ਮੈਂ ਫਿਰ ਜਿਹੜੀਆਂ ਫੋਟੋਜ਼ ਬਾਕੀ ਸੀਗੀਆਂ ਸਰ, ਪਰ ਮੈਂ ਉਹ ਸਾਰੀਆਂ ਫੋਟੋਜ਼ ਐਂਡ ਸਕਰੀਨਸ਼ਾਟ ਕਾਲ ਡਿਟੇਲਾਂ ਸਰ ਜਿੰਨੀਆਂ ਵੀ ਮਤਲਬ ਕਿ ਜੋ ਜੋ ਜਿੱਦਾਂ ਤੁਸੀਂ ਮੈਨੂੰ ਕਿਹਾ ਹੋਇਆ ਸੀਗਾ, ਮਤਲਬ ਕਿ ਵੀਡੀਓ ਦੇ ਵਿੱਚ ਜਦੋਂ ਆਪਣੀ ਗੱਲ ਵੀ ਹੋਈ ਸੀਗੀ, ਤੇ ਉਹ ਸਰ ਮੈਂ ਸਾਰਾ ਕੁਝ ਲੈ ਕੇ ਗਿਆ ਸੀਗਾ, ਤੇ ਉਹ ਕਹਿੰਦੇ ਸੀ ਸਾਰਾ ਕੁਝ ਹੀ ਮੈਨੂੰ ਇੱਕੋ ਵਾਰੀ ਦੇ ਦਿਓ, ਕਹਿੰਦੇ ਸੀ ਜੋ ਵੀ ਹੈਗਾ ਉਹ ਦੇ ਦਿਓ। ਤਾਂ ਸਰ ਮੈਂ ਠੀਕ ਫਾਈਲ ਚੋਂ ਕੱਟ ਕੇ ਸਰ ਇਦਾਂ ਹੀ ਮੈਂ ਦੇ ਦਿੱਤਾ ਜੀ। ਹੈ ਜੀ। ਹਾਂਜੀ, ਤੇ ਦੈਨ ਫਿਰ ਜੀ ਉਸ ਤੋਂ ਬਾਅਦ ਚ ਉਹ ਸ਼ੁਰੂ ਹੋ ਗਿਆ, ਫਿਰ ਕਿੱਦਾਂ ਤੁਹਾਡੀ ਰਿਲੇਸ਼ਨਸ਼ਿਪ ਬਾਰੇ ਪੁੱਛਿਆ ਜੀ, ਕਿੱਦਾਂ ਸ਼ੁਰੂ ਹੋਇਆ ਕਿੱਦਾਂ, ਤੇ ਫਿਰ ਮੈਂ ਉਹਨਾਂ ਨੂੰ ਉਹ ਆਂਸਰ ਦਿੱਤੇ ਉਹਨਾਂ, ਤੇ ਦੈਨ ਸਰ ਉਹ ਕਾਫੀ ਕਾਫੀ ਡੀਪਲੀ ਪੁੱਛਦੇ ਗਏ, ਜਿੱਦਾਂ ਮਤਲਬ ਕਿ ਉਹ ਇੰਡੀਅਨ ਹੀ ਸੀਗੇ, ਤੇ ਸਰ ਜਿੱਦਾਂ ਮਤਲਬ ਕਿ ਉਹ ਹਿੰਦੀ ਸਮਝਦੇ ਸੀਗੇ, ਤੇ ਬਟ ਉਹ ਜਿੱਦਾਂ ਹਨਾ ਜ਼ਿਆਦਾ ਨਹੀਂ, ਜਿੱਦਾਂ ਮੈਂ ਤਾਂ ਪੰਜਾਬੀ ਜੀ ਉਹਨਾਂ ਨਾਲ ਗੱਲ ਕਰਦਾ ਸੀਗਾ, ਤੇ ਬਟ ਮੈਂ ਉਹ ਜ਼ਿਆਦਾ ਫਿਰ ਇੰਟਰਪ੍ਰੇਟਰ ਤੋਂ ਪੁੱਛ ਰਹੇ ਸੀ ਵੀ ਇਹ ਕੀ ਕਹਿ ਰਿਹਾ ਆ। ਤੇ ਹਾਂਜੀ, ਤੇ ਸਰ ਫਿਰ ਉਹਨੇ ਕਾਫੀ ਡਿਟੇਲ ਚ ਗੱਲਾਂ ਪੁੱਛੀਆਂ ਸਰ ਮੇਰੇ ਕੋਲ, ਤੇ ਮੇਰੀ ਵਾਈਫ ਦੇ ਮਤਲਬ ਕਿ ਸਾਡੇ ਰਿਲੇ ਮੈਰਿਜ ਦੇ ਰਿਗਾਰਡਿੰਗ ਹੀ ਸਰ ਸਾਰਾ ਕੁਝ ਹੀ ਉਹਨਾਂ ਨੇ ਪੁੱਛਿਆ ਮੇਰੇ ਕੋਲੋਂ ਜੀ। ਹਾਂਜੀ, ਨਹੀਂ, ਕਿਹੜੇ ਕਿਹੜੇ ਤੇ ਸਰ ਕਿਹੜੇ ਕਿਹੜੇ ਸਵਾਲ ਪੁੱਛੇ ਮੈਰਿਜ ਦੇ ਬਾਰੇ? ਸਰ ਮੈਰਿਜ ਦੇ ਬਾਰੇ ਹੀ ਪੁੱਛਿਆ ਵੀ ਜਿੱਦਾਂ ਤੁਹਾਡੀ ਕਿੱਦਾਂ ਸੋਸ਼ਲ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਨਾਲ ਗੱਲ ਹੋਈ, ਪਰ ਉਹਨੇ ਮੈਨੂੰ ਇਹ ਪੁੱਛਿਆ ਵੀ ਤੁਸੀਂ ਤੂੰ ਇੱਕ ਰੈਂਡਮਲੀ ਇੱਕ ਰਿਕੁਐਸਟ ਦੇ ਨਾਲ ਹੀ ਵਿਆਹ ਕਰਾ ਲਿਆ, ਫਿਰ ਸਰ ਮੈਂ ਉਹਨੂੰ ਦੱਸਿਆ ਵੀ ਨਹੀਂ ਵੀ ਜਿੱਦਾਂ ਆਪਾਂ ਉਹਨਾਂ ਨੂੰ ਮੈਂ ਆਂਸਰ ਦਿੱਤਾ ਵੀ ਅਸੀਂ ਨਹੀਂ ਆਪਾਂ 1 ਸਾਲ ਦਾ ਟਾਈਮ ਲਿਆ, ਫਿਰ ਦੈਨ ਅਸੀਂ ਡਿਸੀਜਨ ਲਿਆ ਸੀਗਾ, ਤੇ ਫਿਰ ਕਹਿੰਦੇ ਠੀਕ ਆ, ਤੇ ਫਿਰ ਸਰ ਉਹਨਾਂ ਦੇ ਜੌਬ ਬਾਰੇ ਪੁੱਛਦੇ ਰਹੇ ਕਿੱਥੇ ਜੌਬ ਕਰਦੇ ਆ ਉਹ ਕੀ ਕਰਦੇ ਆ, ਤੇ ਮੈਂ ਉਹ ਵੀ ਸਰ ਦੱਸ ਦਿੱਤਾ, ਤੇ ਹੁਣ ਕਿਹਦੇ ਨਾਲ ਰਹਿੰਦੇ ਆ, ਫਿਰ ਸਰ ਮੈਂ ਉਹ ਵੀ ਦੱਸ ਦਿੱਤਾ ਵੀ ਜਿੱਦਾਂ ਉਹ ਪਹਿਲਾਂ ਅਲੱਗ ਰਹਿੰਦੇ ਹੁਣ ਆਪਣੀ ਫੈਮਿਲੀ ਦੇ ਨਾਲ ਹੀ ਆ ਉੱਥੇ ਰਹਿੰਦੇ, ਤੇ ਸਰ ਇਦਾਂ ਪੁੱਛਦੇ ਗਏ, ਤੇ ਸਰ ਹੁਣ ਕੁਛ ਤਾਂ ਮੈਨੂੰ ਚੇਤਾ ਵੀ ਨਹੀਂ ਗਏ ਜੀ, ਹੁਣ ਭੁੱਲ ਭੁੱਲ ਗਏ ਇਦਾਂ, ਤੇ ਕਾਫੀ ਮਤਲਬ ਕਿ ਉਹਨੇ ਛੋਟੇ ਛੋਟੇ ਕੁਐਸਚਨ ਸਰ ਮੇਰੇ ਤੋਂ ਦੇ ਤਾਂ ਨਾਲ ਦੀ ਨਾਲ ਹਨਾ ਬਹੁਤ ਪੁੱਟ ਕੀਤੇ, ਪਰ ਬੋਲੇ ਬਹੁਤ ਮੈਡਮ ਬਹੁਤ ਵਧੀਆ ਸੀਗੇ, ਸੌਫਟਲੀ ਪੁੱਛਦੇ ਮੈਨੂੰ ਜਿੱਦਾਂ ਜਦੋਂ ਇੰਗਲਿਸ਼ ਬੋਲਦੇ ਸੀ ਮੈਨੂੰ ਉਹਨਾਂ ਦਾ ਕੁਐਸਚਨ ਜਦੋਂ ਮੈਨੂੰ ਸਮਝ ਆ ਜਾਂਦੀ ਸੀ ਫਿਰ ਇੰਟਰਪ੍ਰੇਟਰ ਸਰ ਦੱਸਦਾ ਸੀਗਾ ਮੈਨੂੰ, ਉਹਨੇ 'ਚ ਮੈਨੂੰ ਟਾਈਮ ਮਿਲ ਜਾਂਦਾ ਸੀਗਾ, ਤੇ ਉਹ ਬਾਹਰੋਂ ਸਰ ਹੁੰਦਾ ਬੰਦੇ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ, ਪਰ ਚਲੋ ਸਰ ਕਿਸਮਤ ਠੀਕ ਸੀਗੀ ਰੱਬ ਵੱਲੋਂ ਜੀ, ਵਧੀਆ ਸੀਗੇ ਮੈਡਮ ਉਹ ਮੈਨੂੰ ਪੁੱਛਦੇ ਗਏ, ਪਰ ਉਹਨੇ ਛੋਟੇ ਛੋਟੇ ਕੁਐਸਚਨ ਸਰ ਮੈਨੂੰ ਬਹੁਤ ਹਨਾ ਨਾਲ ਦੀ ਨਾਲ ਪੁੱਟ ਕੀਤੇ, ਜਿੱਦਾਂ ਮਤਲਬ ਕਿ ਵੀ ਕਿੱਥੇ ਉਹ ਜੌਬ ਕਰਦੇ ਆ ਕਿ ਕਿੱਦਾਂ ਕਰਦੇ ਕੀ ਆ ਕਿ ਉਹਨਾਂ ਦੀ ਕੀ, ਮੈਂ ਜਦੋਂ ਮੈਂ ਦੱਸਿਆ ਨਰਸਿੰਗ ਕਰਦੇ ਆ ਤੇ ਉਹਨਾਂ ਦੀ ਕੀ ਆ ਮਤਲਬ ਕਿ ਉਹ ਕਿਹੜੇ ਕਿਹੜੇ ਆਪਣੇ ਹੈਗੇ ਆ ਮਤਲਬ ਨਰਸਿੰਗ ਦੇ ਵਿੱਚ ਵੀ ਉਹ ਕੀ ਆ, ਮੈਂ ਕਿਹਾ LPN ਨਰਸ ਆ, ਫਿਰ ਇਦਾਂ ਹੌਲੀ ਕਾਫੀ ਕੁਝ ਪੁੱਛਦੇ ਰਹੇ ਜੀ ਉਹ, ਤੇ ਹਾਂਜੀ, ਤੇ ਦੈਨ ਸਰ ਉਹਨੇ ਫਿਰ ਮੈਨੂੰ ਅਗਲੀ ਪਲੈਨਿੰਗ ਪੁੱਛੀ ਉਹਨੇ ਵੀ ਤੁਸੀਂ ਕੀ ਪਲਾਨ ਆ ਤੁਹਾਡਾ ਅੱਗੇ ਕਿੱਦਾਂ ਕਿੱਦਾਂ ਆ ਕਿੱਦਾਂ ਨਹੀਂ, ਤੇ ਫਿਰ ਸਰ ਮੇਰੀ ਜਿੱਦਾਂ ਸਾਡਾ ਥੋੜਾ ਡਿਫਰੈਂਸ ਹੈ ਏਜ ਦਾ ਜਿੱਦਾਂ 5-7 ਸਾਲ ਦਾ ਜੀ, ਪਰ ਉਹਨੇ ਮੈਨੂੰ ਇਹ ਵੀ ਪੁੱਛਦੇ ਰਹੇ ਵੀ ਤੁਹਾਡਾ ਡਿਫਰੈਂਸ ਕਰਕੇ ਇਦਾਂ ਤੁਸੀਂ ਇੱਕ ਰਿਕੁਐਸਟ ਦੇ ਥਰੂ ਹੀ ਇਦਾਂ ਮੈਰਿਜ ਕਰਾ ਲਈ, ਮੈਂ ਕਿਹਾ ਨਹੀਂ ਅਸੀਂ ਪਹਿਲਾਂ ਟਾਈਮ ਲਿਆ ਜੀ, ਫਿਰ ਉਹਨੇ ਸਰ ਫੈਮਿਲੀ ਦੇ ਬਾਰੇ ਸਾਡੀ ਪੁੱਛਦੇ ਰਹੇ ਵੀ ਤੁਹਾਡੀ ਫੈਮਿਲੀ ਇਦਾਂ ਕਿੱਦਾਂ ਕਿੰਨੀ ਵਾਰੀ ਤੂੰ ਉਹਦੀ ਫੈਮਿਲੀ ਨੂੰ ਮਿਲਿਆ, ਫਿਰ ਸਰ ਮੈਂ ਉਹ ਵੀ ਦੱਸਿਆ ਉਹਨਾਂ ਨੂੰ ਸਾਰਾ ਕੁਝ, ਸਰ ਮੈਂ ਸੱਚ ਸੱਚ ਦੱਸਦਾ ਰਿਹਾ ਜਿੱਦਾਂ ਜਿੱਦਾਂ ਮੈਂ ਉਹਨਾਂ ਦੀ ਫੈਮਿਲੀ ਨੂੰ ਮਿਲਿਆ ਜੋ ਵੀ ਸੀਗਾ, ਤੇ ਫਿਰ ਉਹ ਕਹਿੰਦੇ ਓਕੇ, ਤੇ ਫਿਰ ਸਰ ਉਹਨੇ ਥੋੜਾ ਜਿਹਾ ਮੈਨੂੰ ਉੱਥੇ ਇੱਕੋ ਹੀ ਜਗ੍ਹਾ ਕਨਫਿਊਜ਼ ਜਿਹਾ ਕੀਤਾ, ਜਿੱਦਾਂ ਮੈਂ ਉਹਨਾਂ ਦੀ ਫੈਮਿਲੀ ਆਈ ਸੀਗੀ ਬਾਹਰੋਂ, ਮੈਂ ਉਹਨਾਂ ਦੀ ਫੈਮਿਲੀ ਨੂੰ ਪਹਿਲਾਂ 2 ਕੁ ਵਾਰੀ ਹੀ ਮਿਲਿਆ ਮਤਲਬ ਕਿ ਇੱਥੇ, ਤੇ ਵਿਆਹ ਤੋਂ ਪਹਿਲਾਂ ਜੀ, ਤੇ ਜਿੱਦਾਂ ਦਸੰਬਰ 'ਚ ਸਾਡਾ ਵਿਆਹ ਸੀਗਾ ਜੀ,
ਤੇ ਨਵੰਬਰ ਦੇ ਵਿੱਚ ਉਹਨਾਂ ਦੀ ਫੈਮਿਲੀ ਪਹਿਲਾਂ ਆਈ ਸੀਗੀ, ਫਿਰ ਉਹ ਕਹਿੰਦੇ ਤੂੰ ਦੋ ਵਾਰੀ ਸਿਰਫ ਮਿਲਿਆ, ਉਦਾਂ ਨਹੀਂ ਮਿਲਿਆ। ਮੈਂ ਉਹਨਾਂ ਨੂੰ ਦੱਸ ਦਿੱਤਾ ਜੀ, ਮੈਂ ਕਿਹਾ ਮੈਂ ਉਹਨਾਂ ਦੀ ਦਾਦੀ ਜੀ ਦੀ ਡੈਥ ਹੋ ਗਈ, ਇਸ ਕਰਕੇ ਉਹਨਾਂ ਦੇ ਫਾਦਰ ਮਦਰ ਨੂੰ ਪਹਿਲਾਂ ਆਉਣਾ ਪਿਆ, ਤੇ ਮੈਂ ਉੱਥੇ ਮਿਲਿਆ ਸੀਗਾ ਉਹਨਾਂ ਨੂੰ। ਫਿਰ ਮੇਰੇ ਬਾਰੇ ਸਰ ਪੁੱਛਦੇ ਰਹੇ ਤੁਸੀਂ ਕੀ ਤੂੰ ਕੀ ਕਰਦਾ, ਫਿਰ ਮੈਂ ਸਰ ਉਹਨੂੰ ਦੱਸਦਾ ਰਿਹਾ, ਮੈਂ ਕਿਹਾ ਮੈਂ ਗੇਮ ਕਰਦਾ ਜੀ, ਪ੍ਰੋਫੈਸ਼ਨਲੀ ਕਬੱਡੀ ਪਲੇਅਰ ਆ। ਕਹਿੰਦੀ ਜੀ ਓਕੇ ਓਕੇ। ਤੇ ਮੇਰੇ ਰੀਸੈਂਟਲੀ ਇੰਜਰੀ ਹੋਈ ਸੀਗੀ, ਤੇ ਸਰ ਇਹ ਮਤਲਬ ਕਿ ਜਿਹੜੇ ਨਿੱਕੇ ਨਿੱਕੇ ਕੁਐਸਚਨ ਮੇਰੇ ਤੋਂ ਪੁੱਛੇ ਵੀ ਤੂੰ ਕਿਹੜੀ ਕਲੱਬ 'ਚ ਖੇਲਦਾ, ਕਿੱਦਾਂ ਮਤਲਬ ਕਿ ਤੇਰੇ ਇੰਜਰੀ ਹੋਈ ਤੇਰਾ। ਸਰ ਫਿਰ ਉਹਨੇ ਮੈਨੂੰ ਇਹ ਵੀ ਪੁੱਛਿਆ ਵੀ ਤੂੰ ਨਿਊਜ਼ੀਲੈਂਡ ਵੀ ਗਿਆ ਸੀਗਾ। ਮੈਂ ਫਿਰ ਉਹਨਾਂ ਨੂੰ ਸਰ ਦੱਸਿਆ ਵੀ ਮੈਂ ਨਹੀਂ, ਮੇਰੇ ਤੋਂ ਜਾ ਨਹੀਂ ਹੋਇਆ, ਵੀ ਮੈਂ ਜਾਣਾ ਸੀਗਾ, ਮੇਰਾ ਵੀਜ਼ਾ ਅਪਰੂਵ ਹੋ ਗਿਆ ਸੀਗਾ, ਮੇਰੇ ਉਸ ਤੋਂ ਪਹਿਲਾਂ ਇੰਜਰੀ ਹੋ ਗਈ ਸੀਗੀ ਗੋਡੇ ਲਿਗਾਮੈਂਟ ਦੀ। ਤੇ ਉਹ ਕਹਿੰਦੇ ਠੀਕ ਆ। ਫਿਰ ਸਰ ਇਹੀ ਕੁਐਸਚਨ ਉਹਨਾਂ ਨੇ ਮੇਰੀ ਵਾਈਫ ਤੋਂ, ਜਿੱਦਾਂ ਉਹਨਾਂ ਨੂੰ ਫੋਨ ਲਾਇਆ ਉੱਧਰ, ਉਹਨਾਂ ਨੇ ਫਿਰ ਮੇਰੇ ਤੋਂ ਉਹਨਾਂ ਨੇ ਨੰਬਰ ਮੰਗਿਆ ਜੀ, ਕਹਿੰਦੇ ਤੁਸੀਂ ਆਪਣੀ ਵਾਈਫ ਦਾ ਨੰਬਰ ਦਿਓ। ਤੇ ਸਰ ਮੈਂ ਉਹਨਾਂ ਨੂੰ ਨੰਬਰ ਬੋਲਿਆ, ਤੇ ਉਹਨੇ ਫਿਰ ਸਰ ਇਹੀ ਕੁਐਸਚਨ ਉਹਨਾਂ ਨੂੰ ਜਿੱਦਾਂ ਪੁੱਛੇ ਬਈ ਇਹਨਾਂ ਦੇ ਕੋਈ ਇੰਜਰੀ ਵੀ ਹੋਈ ਹੈ, ਖੇਡਣ ਜਾਂਦੇ ਹਾਂਜੀ। ਉਹਨਾਂ ਨੇ ਫਿਰ ਉਹ ਦੱਸਦੇ ਰਹੇ ਜਿੱਦਾਂ ਵੀ, ਤੇ ਕਿੱਥੇ ਜੌਬ ਕਰਦੇ ਹੋ ਤੁਸੀਂ, ਇਦਾਂ ਇਦਾਂ ਪੁੱਛਿਆ ਜੀ ਉਹਨਾਂ ਕੋਲ। ਤਾਂ ਸਰ ਜਿੱਦਾਂ 7-8 ਮਿੰਟ ਹੀ ਸਰ ਗੱਲ ਹੋਈ, ਜਿੱਦਾਂ ਮੇਰੇ ਨਾਲ ਕਾਫੀ ਜਿੱਦਾਂ ਟਾਈਮ ਉਹਨੇ ਹੌਲੀ ਹੌਲੀ ਸਰ ਜਿੱਦਾਂ ਟਾਈਪ ਕਰਦੇ ਰਹੇ, ਕੁਛ ਕੰਪਿਊਟਰ ਤੇ ਕਰਦੇ ਸੀਗੇ। ਬਟ ਮੈਨੂੰ ਸਰ ਜਿੱਦਾਂ ਇਦਾਂ ਲੱਗਦਾ ਸੀਗਾ ਵੀ ਜਿੱਦਾਂ ਮੈਂ ਤੁਹਾਡੀ ਵੀਡੀਓ ਦੇਖ ਕੇ, ਤੁਸੀਂ ਵੀ ਵਿੱਚ ਦੱਸਿਆ ਵੀ ਉਹ ਮੋਸਟਲੀ ਜ਼ਿਆਦਾ ਤੁਹਾਡਾ ਕੰਫੀਡੈਂਸ ਚੈੱਕ ਕਰਦੇ ਆ, ਪਰ ਮੈਂ ਵੀ ਉਹਨਾਂ ਦੀ ਹੈ ਨਾ ਆਈ ਕੰਟੈਕਟ ਵਿੱਚ ਹੀ ਰਿਹਾ ਜ਼ਿਆਦਾ। ਮਤਲਬ ਕਿ ਮੈਂ ਨਾ ਨੀਵੀ ਪਾਈ, ਨਾ ਮੈਂ ਇੱਧਰ ਉੱਧਰ ਦੇਖਦਾ, ਮੈਂ ਸਿੱਧਾ ਉਹਨਾਂ ਵੱਲ ਸਟ੍ਰੇਟ ਦੇਖਦਾ ਸੀਗਾ ਜੀ ਜਦੋਂ ਵੀ ਬੋਲਦਾ ਸੀਗਾ ਕੁਛ ਵੀ। ਠੀਕ ਹੈ ਤੇ ਫਿਰ ਸਰ ਉਹ ਮੈਨੂੂੰ ਇਹ ਵੀ ਕਹਿੰਦੇ ਰਹੇ ਵੀ ਤੂੰ ਡਿਟੇਲ ਦੱਸ, ਤੁਹਾਡਾ ਆਪਣੀ ਰਿਲੇਸ਼ਨਸ਼ਿਪ ਦੀ ਸਾਰੀ ਡਿਟੇਲ ਦੱਸ, ਕਿੱਦਾਂ ਸ਼ੁਰੂ ਹੋਇਆ, ਕਿੱਦਾਂ। ਫਿਰ ਸਰ ਮੈਂ ਉਹਨਾਂ ਨੂੰ ਸਾਰਾ ਕੁਛ ਜਦੋਂ ਸਰ ਮੈਂ ਡਿਟੇਲ ਉਹਨਾਂ ਨੂੰ ਦੱਸਦਾ ਸੀ ਨਾ, ਸਰ ਉਹ ਦੋ ਜਿੱਦਾਂ ਕੁਛ ਕੰਪਿਊਟਰ ਤੇ ਕਰਦੇ ਸੀਗੇ, ਤਾਂ ਨਾਲ ਹੀ ਫਿਰ ਸਰ ਮੇਰੇ ਵੱਲ ਦੇਖਦੇ ਸੀਗੇ ਵੀ ਇਹ ਮੇਰੇ ਵੱਲ ਦੇਖਦਾ ਜਾਂ ਕਿਤੇ ਹੋਰ ਦੇਖਦਾ। ਸਰ ਮੈਂ ਸਿੱਧਾ ਮਤਲਬ ਕਿ ਉਹਨਾਂ ਵੱਲ ਦੇਖ ਕੇ ਬੋਲਦਾ ਰਿਹਾ ਸਾਰਾ ਕੁਛ, ਜੋ ਜੋ ਅੱਛਾ ਸੀਗਾ ਸਰ ਸਾਰਾ ਕੁਛ ਮੈਂ ਉਹਨਾਂ ਨੂੰ ਬੋਲ ਕੇ। ਫਿਰ ਉਹ ਕਹਿੰਦੇ ਠੀਕ ਆ। ਤੇ ਪਰ ਸਰ ਜਿੱਦਾਂ ਉਹਨਾਂ ਦੇ ਫੇਸ ਤੋਂ ਨਹੀਂ ਸੀ ਲੱਗਦਾ, ਪਰ ਉਹ ਉਦਾਂ ਮਤਲਬ ਕਿ ਐ ਸਿਰ ਜਿਹਾ ਹਿਲਾ ਦਿੰਦੇ ਸੀਗੇ। ਤੇ ਹਾਂਜੀ, ਤੇ ਮੈਨੂੰ ਕੁਛ ਕੁਛ ਹੁੰਦਾ ਵੀ ਸੀਗਾ, ਮੈਂ ਕਿਹਾ ਪਤਾ ਨਹੀਂ ਕੀ ਸੋਚਦੇ ਹੋਊਗੇ ਕਿੱਦਾਂ ਨਹੀਂ। ਬਟ ਸਰ ਉਹ ਟਾਈਮ ਜਿਹੜਾ ਸੀ ਨਾ ਉਸ ਵੇਲੇ, ਲੰਘ ਤਾਂ ਇੰਨੀ ਛੇਤੀ ਗਿਆ, ਪਰ ਸਰ ਬਹੁਤ ਔਖਾ ਤਾਂ ਹੁੰਦਾ ਹੀ ਆ ਜੀ। ਹਾਂਜੀ ਠੀਕ ਹੈ ਠੀਕ ਹੈ। ਤੇ ਫਿਰ ਐਟ ਦ ਐਂਡ ਉਹਨਾਂ ਨੇ ਤੁਹਾਨੂੰ ਕੀ ਦੱਸਿਆ ਕਿ ਫਿਰ ਕਿ ਵੀ ਹੁਣ ਇੰਟਰਵਿਊ ਖਤਮ ਹੋ ਗਿਆ ਤੇ ਹੁਣ ਜਾਓ ਜਾਂ ਕੀ ਹਾਂ ਹਾਂਜੀ ਸਰ ਐਡ ਦੀ ਜਦੋਂ ਸਰ ਮੇਰੇ ਕੋਲੋਂ ਕੁਐਸਚਨ ਹੋ ਗਏ, ਤੇ ਸਰ ਉਹਨਾਂ ਨੇ ਵੀ ਮੇਰੇ ਤੋਂ ਨੰਬਰ ਮੰਗਿਆ, ਮੈਂ ਕਹਿੰਦੇ ਆਪਣੀ ਵਾਈਫ ਦਾ ਨੰਬਰ ਦਿਓ ਸਰ। ਮੈਂ ਉਹਨਾਂ ਨੇ ਫਿਰ ਉਹਨਾਂ ਨੂੰ ਫੋਨ ਲਗਾਇਆ ਜੀ, ਉਹਨਾਂ ਨਾਲ ਗੱਲ ਕੀਤੀ, ਤੇ ਉਸ ਤੋਂ ਬਾਅਦ ਸਰ ਉਹਨੇ ਫਿਰ ਫੋਨ ਕੱਟ ਕੇ ਕਹਿੰਦੇ ਠੀਕ ਆ। ਤੇ ਸਰ ਉਹਨਾਂ ਤੋਂ ਬਾਅਦ ਚ ਉਹਨਾਂ ਨੇ ਇੱਕ ਹੋਰ ਕੁਐਸਚਨ ਪੁੱਛਿਆ ਸੀਗਾ, ਉਹ ਮੇਰੇ ਮਾਈਂਡ ਚੋਂ ਨਿਕਲ ਗਿਆ ਜਿੱਦਾਂ, ਤੇ ਉਹਨਾਂ ਬਾਰੇ ਹੀ ਕੁਛ ਪੁੱਛਿਆ ਸੀਗਾ ਜਿੱਦਾਂ, ਮਤਲਬ ਕਿ ਉਹ ਵੀ ਮੈਂ ਉਹਨਾਂ ਨੂੰ ਉਸ ਵੇਲੇ ਉਦੋਂ ਹੀ ਨਾਲ ਹੀ ਜਵਾਬ ਦੇ ਦਿੱਤਾ ਜੀ, ਉਹਨਾਂ ਦਾ ਕੋਈ ਸੀਗਾ ਕੁਐਸਚਨ ਮਿਸ ਹੋ ਗਿਆ ਜੀ। ਤੇ ਫਿਰ ਸਰ ਉਹਨਾਂ ਨੇ ਫਿਰ ਮੈਨੂੰ ਇਹ ਕਿਹਾ ਵੀ ਓਕੇ ਨਵਜੋਤ ਸਿੰਘ, ਵੀ ਮੈਂ ਆਮ ਸੈਟੀਸਫਾਈਡ ਯੂਅਰ ਰਿਲੇਸ਼ਨਸ਼ਿਪ। ਤੇ ਸਰ ਜਦੋਂ ਉਹਨੇ ਕਿਹਾ ਇਹ ਤਾਂ ਮੈਨੂੰ ਸੌਖਾ ਜਿਹਾ ਸਾਹ ਆਇਆ, ਮੈਂ ਕਿਹਾ ਸ਼ੁਕਰ ਹੈ ਜੀ। ਤੇ ਉਹ ਕਹਿੰਦੇ ਮੈਂ ਸੈਟੀਸਫਾਈ ਆ ਤੁਹਾਡੇ ਰਿਲੇਸ਼ਨਸ਼ਿਪ ਤੋਂ। ਤੇ ਸਰ ਫਿਰ ਉਹਨਾਂ ਨੇ ਫਿਰ ਦੱਸਦੇ ਕਹਿੰਦੇ ਸੀਗੇ ਵੀ ਇਹ ਮੈਂ ਹੁਣ ਦੇਖਦੀ ਪਈ ਆ ਵੀ ਤੁਹਾਡਾ ਸ਼ਾਇਦ ਮੈਡੀਕਲ ਵੀ ਖਤਮ ਹੋਇਆ, ਤੇ ਆਪਣੀ ਆਹ ਦੂਸਰਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ, ਬਟ ਉਹ ਕਹਿੰਦੇ ਥੋੜੇ ਚਿਰ ਲਈ ਪਿਆ ਹੈਗਾ ਆ, ਉਹ ਪੈਂਡਿੰਗ ਆ। ਮਤਲਬ ਮੈਂ ਕਿਹਾ ਉਹਨਾਂ ਦੱਸਿਆ ਸੀ, ਕਹਿੰਦੀ ਕਦੋਂ ਕਰਾਈ, ਮੈਂ ਕਿਹਾ ਮੈਂ ਅਪ੍ਰੈਲ 'ਚ ਹੀ ਕਰਾਇਆ ਸੀਗਾ। ਕਹਿੰਦੀ ਮੈਂ ਫਿਰ ਆਪਣੇ ਸੀਨੀਅਰ ਨਾਲ ਗੱਲ ਕਰਕੇ ਤੁਹਾਨੂੰ ਮੇਲ ਕਰ ਦਾਂਗੇ ਜੀ। ਠੀਕ ਹੈ। ਚਲੋ, ਹਾਂਜੀ ਹਾਂ ਕਿੰਨੇ ਦਿਨ ਹੋ ਗਏ ਇਸ ਚੀਜ਼ ਨੂੰ? ਸਰ, ਮੇਰੀ 11 ਤਰੀਕ ਦੀ ਹੋਈ ਹੈ ਜੀ ਇੰਟਰਵਿਊ। 11 ਅਪ੍ਰੈਲ ਹਾਂਜੀ ਹਾਂਜੀ, 11 ਅਪ੍ਰੈਲ ਦੀ ਆ, 11 ਦੀ। ਮਤਲਬ ਕਿ ਇਟਸ ਬੀਨ 1 ਹਫ਼ਤਾ ਹੋ ਗਿਆ ਜਸਟ ਐਸ ਹਾਂਜੀ ਹਾਂਜੀ ਸਰ, ਸੋ ਕੋਈ ਚੱਕਰ ਨਹੀਂ, ਆ ਜਾਏਗਾ ਮੈਸੇਜ, ਕੋਈ ਗੱਲ ਨਹੀਂ, ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ ਹੈ, ਵੀਜ਼ਾ ਤੁਹਾਨੂੰ ਮਿਲ ਜਾਏਗਾ। ਸੋ ਹੋ ਠੀਕ ਹੈ ਸਕਦਾ ਕਿ ਤੁਹਾਨੂੰ ਉਹ ਜਿਹੜਾ ਮੈਡੀਕਲ ਐਨਪੀਸੀਸੀ ਵਾਲਾ ਅਪਡੇਟ ਕਰਕੇ ਤੁਹਾਨੂੰ ਸ਼ਾਇਦ ਕੋਈ ਨਾ ਕੋਈ ਮੈਸੇਜ ਆਏਗਾ, ਜਾਂ ਜੇ ਉਹਨਾਂ ਨੇ ਕਰਵਾਉਣਾ ਹੈ ਨਹੀਂ ਕਰਵਾਉਣਾ। ਸੋ ਮੇਰੇ ਖਿਆਲ ਹੈ ਕਿ ਹਫ਼ਤੇ 10 ਦਿਨ ਤੱਕ ਆ ਜਾਏਗਾ, ਕੋਈ ਨਾ ਕੋਈ ਮੈਸੇਜ ਨਹੀਂ ਹੈ। ਤੇ ਆਪਣੇ ਜਿਨ੍ਹਾਂ ਤੋਂ ਤੁਸੀਂ ਫਾਈਲ ਲਗਵਾਈ ਸੀ ਨਾ, ਫਾਈਲ ਕਿਨ੍ਹਾਂ ਤੋਂ ਲਗਵਾਈ ਸੀ ਤੁਸੀਂ? ਉਹ ਸਰ ਉਹ ਬਾਹਰ ਹੀ ਹੈ ਜੀ, ਇੱਥੇ ਕੈਨੇਡਾ 'ਚ ਹੀ ਹੈ ਜੀ। ਹਾਂ, ਤੇ ਬਸ ਉਹਨੂੰ 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 ਕਹਿ ਦੇਣਾ ਕਿ ਬਈ ਉਹ ਰਿਕੁਐਸਟ ਕਰ ਦੇਗਾ, ਮਤਲਬ ਕਿ 1 ਹਫ਼ਤਾ ਹੋਰ ਰੁਕ ਜਾਓ, ਲੈਟਸ ਵੇਟ ਫੋਰ ਅਨਦਰ 10 ਡੇਸ, 10 ਦਿਨ ਤੱਕ ਹੋਰ ਰੁਕ ਜਾਓ,
ਠੀਕ ਤੇ ਹੈ ਠੀਕ ਹੈ ਸਰ। ਉਹ ਰਿਕੁਐਸਟ ਆਪਣੇ ਵੈਬਫਾਰਮ ਤੇ ਰਿਕੁਐਸਟ ਪਾ ਦੇਗਾ, ਪਰ ਕੋਈ ਚੱਕਰ ਨਹੀਂ ਵੀਜ਼ਾ ਤੁਹਾਨੂੰ ਮਿਲ ਗਿਆ। ਜੇ ਉਹਨਾਂ ਨੇ ਤੁਹਾਨੂੰ ਕਹਿਤਾ ਸੈਟੀਸਫਾਈਡ ਹੈ ਤੇ ਦੈਟ ਮੀਨਸ ਕਿ ਵੀਜ਼ਾ ਉਹ ਠੀਕ ਫੈਸਲਾ ਤੁਹਾਡਾ ਪੋਜ਼ਿਟਿਵ। ਤੇ ਸਰ ਮੈਂ ਉਹ ਨਾ ਚੈੱਕ ਕੀਤਾ ਸੀਗਾ ਜਿੱਦਾਂ ਉਹਨੀ ਐਲੀਜੀਬਿਲਿਟੀ ਸਰ ਉਹ ਨਾਟ ਕੰਪਲੀਟ, ਉਹਨੀ ਹੁਣ ਕੰਪਲੀਟ ਕਰ ਦਿੱਤੀ ਸੀ ਬਟ ਬੈਕਗ੍ਰਾਉਂਡ ਹਜੇ ਨਾਟ ਕੰਪਲੀਟ ਆ ਰਿਹਾ ਸੀ, ਐਲੀਜੀਬਿਲਟੀ ਉਹਨੀ ਕੰਪਲੀਟ ਕਰ ਦਿੱਤੀ ਸੀਗੀ ਉਦੋਂ ਹੀ। ਕੋਈ ਕੋਈ ਚੱਕਰ ਨਹੀਂ, ਉਹ ਤੇ ਫਿਰ ਮਸਲਾ ਸਿਰਫ ਪੀਸੀਸੀ ਤੇ ਮੈਡੀਕਲ ਦਾ ਹੀ ਅੜਿਆ ਹੋਇਆ ਬਸ, ਬਾਕੀ ਤਾਂ ਹੋਰ ਕੁਛ ਨਹੀਂ ਹੈ। ਠੀਕ ਹੈ ਠੀਕ ਹੈ ਸਰ, ਠੀਕ ਹੈ ਜੀ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ, ਤੁਹਾਡੀ ਵੀਡੀਓ ਦੇਖ ਕੇ ਸਰ ਜਿੱਦਾਂ ਹੋਰ ਵੀ ਸਰ ਕੇਸਿਸ ਜਾਂਦੇ ਸਰ, ਉਦਾਂ ਅਸੀਂ ਉੱਤੇ ਸਰ ਤਿੰਨ ਜਿੱਦਾਂ ਹੋਰ ਵੀ ਸੀਗੇ, ਦੋ ਤਿੰਨ ਜਾਣੇ ਸੀਗੇ ਜਿੱਦਾਂ ਮਤਲਬ ਕਿ ਸਪਾਊਸ ਵਾਲੇ ਸਰ, ਉਹ ਜਿੱਦਾਂ ਮਤਲਬ ਕਿ ਉਹਨਾਂ ਦੀ ਵਾਈਫ ਸੀ, ਫੈਮਿਲੀਜ਼ ਨਾਲ ਸੀ, ਮੈਂ ਤਾਂ ਇਕੱਲਾ ਹੀ ਗਿਆ ਸੀਗਾ ਸਰ, ਪਰ ਮੋਸਟਲੀ ਸਾਰੇ ਲੋਕੀ ਸਰ ਤੁਹਾਡੀਆਂ ਵੀਡੀਓਜ਼ ਦੇਖ ਕੇ ਹੀ ਪਹੁੰਚਦੇ ਆ ਉੱਥੇ, ਤਿਆਰੀ ਕਰਦੇ ਆ, ਉਹ ਵੀ ਕਹਿੰਦੇ ਵੀ ਅਸੀਂ ਅਮਰਜੋਤ ਸਾਹਿਬ ਦੀਆਂ ਵੀਡੀਓ ਦੇਖਦੇ ਹਾਂ ਤੇ ਵਧੀਆ ਤਿਆਰੀ ਸਰ। ਮੋਸਟਲੀ ਸਰ ਤੁਹਾਡਾ ਬਹੁਤ ਬਹੁਤ ਸਰ, ਤੁਸੀਂ ਜੋ ਵੀ ਸਰ ਕੋਈ ਸਰ ਮੇਰਾ ਤਾਂ ਇਹ ਕਹਿਣਾ ਸਰ ਕੋਈ ਅਫੋਰਡ ਕਰ ਸਕਦਾ ਸਰ ਤੁਹਾਡੀ ਫੀਸ, ਪਰ ਕੋਈ ਸ਼ਾਇਦ ਨਹੀਂ ਵੀ ਕਰ ਸਕਦਾ ਸਰ, ਪਰ ਸ਼ਾਇਦ ਜਿਹੜੀਆਂ ਤੁਹਾਡੀ ਵੀਡੀਓਜ਼ ਇੰਨੀਆਂ ਹੈਲਪ ਕਰਦੀਆਂ ਸਰ ਲੋਕਾਂ ਦੀਆਂ ਨਾ, ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ ਜੀ। ਮੇਰੀ ਮੇਰੀ ਗੱਲ ਸੁਣੋ, ਮੇਰੀ ਆਖਰੀ ਆਖਰੀ ਗੱਲ ਇਹ ਹੈ ਕਿ ਦੇਖੋ, ਚਲੋ ਅਫੋਰਡ ਕਰਨਾ ਨਹੀਂ ਕਰਨਾ ਉਹ ਚਲੋ ਇੱਕ ਡਿਫਰੈਂਟ ਮੈਟਰ ਹੈ, ਕੋਈ ਅਫੋਰਡ ਕਰ ਸਕਦਾ ਨਹੀਂ। ਲੇਕਿਨ ਮੇਰੀ ਗੱਲ ਸੁਣੋ, ਜਿਨ੍ਹਾਂ ਜੇ ਇਸ ਕੰਸਲਟੈਂਟ ਤੋਂ, ਇਮੀਗ੍ਰੇਸ਼ਨ ਲਾਇਰ ਤੋਂ ਜਿਨ੍ਹਾਂ ਨੇ ਫਾਈਲ ਲਗਵਾਈ ਹੈ, ਉਹਨਾਂ ਨੂੰ ਵੀ ਅਫੋਰਡ ਕਰਕੇ ਕੁਝ ਪੈਸੇ ਦਿੱਤੇ, ਉਹਨਾਂ ਨੇ ਫ੍ਰੀ ਫਾਈਲ ਲਾਈ ਨਹੀਂ ਸਰ ਉਹਨਾਂ ਤੇ ਤਾਂ ਇੰਨਾ ਗੁੱਸਾ ਆਉਂਦਾ ਸਰ, ਮੈਂ ਉਹਨਾਂ ਨੂੰ ਜਦੋਂ ਪੁੱਛਿਆ ਮੈਂ ਕਿਹਾ ਮੇਰੀ ਤਿਆਰੀ ਕੀ ਆ, ਜਦੋਂ ਸਰ ਉਹ ਆਪਣੀ ਪਹਿਲਾਂ ਵੀ ਤੁਹਾਡੇ ਨਾਲ ਮੈਂ ਤਾਂ ਦੱਸਿਆ ਸੀਗਾ ਸਰ, ਉਹਨਾਂ ਨੇ ਮੈਨੂੰ ਪੇਪਰ ਭੇਜ ਦਿੱਤੇ PDF ਬਣਾ ਕੇ, ਕਹਿੰਦੇ ਆ ਤੁਹਾਡੇ ਬਾਰੇ ਆਹ ਪੁੱਛਣਾ ਸਰ, ਜੇ ਮੈਂ ਸਰ ਮੈਨੂੰ ਇਹ ਲੱਗਦਾ ਸੀਗਾ ਸਰ ਜੇ ਮੈਂ ਸਰ ਤੁਹਾਡੀਆਂ ਮੋਸਟਲੀ ਸਾਰੀਆਂ ਵੀਡੀਓਜ਼ ਦੇਖੀਆਂ ਸੀਗੀਆਂ ਸਰ, ਜੇ ਮੈਂ ਤੁਹਾਡੀ ਵੀਡੀਓਜ਼ ਨਾ ਦੇਖਦਾ ਨਾ ਸ਼ਾਇਦ ਸਰ ਮੈਨੂੰ ਉਹ ਨਿੱਕੇ ਨਿੱਕੇ ਕੁਐਸਚਨਾਂ ਦੇ ਵੀ ਨਹੀਂ ਆਂਸਰ ਆਣੇ ਸੀਗੇ ਸਰ, ਜਿੱਦਾਂ ਉਹ ਕੁਐਸਚਨਾਂ ਦੀ ਤਿਆਰੀ ਕਰਨੀ ਸਰ ਵੀਡੀਓਜ਼ ਦੇਖ ਕੇ ਸ਼ੀਸ਼ੇ ਮੂਹਰੇ ਖੜ ਕੇ ਸਰ ਗੱਲ ਆਪਣੇ ਆਈ ਕੰਟੈਕਟ ਕਰਨਾ ਸਰ, ਉਹਦੇ ਨਾਲ ਬੰਦੇ ਦਾ ਕਾਫੀ ਸਰ ਹੌਸਲਾ ਵੱਧਦਾ ਸਰ। ਪਰ ਮੈਂ ਜਿਹੜੀ ਗੱਲ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਰਿਐਲਿਟੀ ਦੇਖੋ, ਕਿ ਹਰੇਕ ਬੰਦਾ ਸੋਚਦਾ ਹੈ ਕਿ ਵੀ ਉਹਦਾ ਪੈਸੇ ਉਹਨੇ ਉੱਥੇ ਖਰਚ ਕਰਨੇ ਹੈ ਜਿੱਥੇ ਉਹਨੂੰ ਫਾਇਦਾ ਹੋਇਆ। ਇਮੀਗ੍ਰੇਸ਼ਨ ਕੰਸਲਟੈਂਟ ਨੇ ਪੈਸੇ ਲੈ ਲਏ ਕਿਉਂਕਿ ਇਮੀਗ੍ਰੇਸ਼ਨ ਫਾਈਲ ਉਹਨੇ ਲਾਣੀ ਹੈ, ਉਹਨੂੰ ਤਾਂ ਨਹੀਂ ਇਹ ਨਹੀਂ ਕਿਹਾ ਕਿ ਵੀ ਉਹਨੂੰ ਤਾਂ ਨਹੀਂ ਕਿਹਾ ਕਿ ਵੀ ਤੁਹਾਡੀ ਫੀਸ ਹੈ ਅਸੀਂ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਵੀਜ਼ਾ ਐਪਲੀਕੇਸ਼ਨ ਕਰਨਾ ਹੈ ਤੇ ਉਧਰ ਉਹਨਾਂ ਨੇ ਫੀਸ ਚਾਰਜ ਕਰ ਲਈ। ਹਾਂਜੀ ਹਾਂਜੀ ਫਿਰ ਸੁਣੋ ਮੇਰੀ ਗੱਲ, ਫਿਰ ਕੈਨੇਡੀਅਨ ਸਰਕਾਰ ਨੇ ਜੀ $1,100 ਲੈ ਲਏ ਜੀ ਐਪਲੀਕੇਸ਼ਨ ਫੀਸ ਹੈ, ਉਹਨਾਂ ਨੂੰ ਤਾਂ ਨਹੀਂ ਕਿਹਾ ਕਿ ਵੀ ਕੈਨੇਡੀਅਨ ਸਰਕਾਰ ਤੁਸੀਂ ਕੀ ਫੀਸ ਚਾਰਜ ਕਰਦੇ ਹੋ ਜੀ, ਮੈਂ ਨਹੀਂ ਅਫੋਰਡ ਕਰ ਸਕਦਾ, ਉਹਨਾਂ ਨੂੰ ਦੇ ਦਿੱਤਾ। ਅੱਛਾ ਹੁਣ ਤੁਸੀਂ ਅੱਜ ਤੁਹਾਨੂੰ ਵੀਜ਼ਾ ਮਿਲੇਗਾ, ਕੱਲ ਨੂੰ ਤੁਸੀਂ ਹਵਾਈ ਜਹਾਜ਼ ਦੀ ਟਿਕਟ ਲਓਗੇ, ਟਿਕਟ ਭਾਵੇਂ ₹1,00,000 ਦੀ ਆਏ 2 ਲੱਖ ਦੀ ਆਏ, ਟਿਕਟ ਫਿਰ ਵੀ ਲਓਗੇ। ਬਿਲਕੁਲ ਸਰ ਬਿਲਕੁਲ ਤੁਸੀਂ ਸਰ ਇਹ ਤਾਂ ਤੁਸੀਂ ਇਹ ਤੇ ਨਹੀਂ ਹੈ ਕਹੋਗੇ, ਤੁਸੀਂ ਇਹ ਤੇ ਨਹੀਂ ਕਹੋਗੇ ਕਿ ਹਵਾਈ ਜਹਾਜ਼ ਵਾਲੇ ਨੂੰ ਕਿ ਨਹੀਂ ਜੀ ਭਾਜੀ ਤੁਹਾਡੀ ਜੀ ਟਿਕਟ ਅਸੀਂ ਅਫੋਰਡ ਨਹੀਂ ਕਰ ਸਕਦੇ, ਮੈਂ ਕੀ ਕਰਨਾ ਜਾ ਕੇ ਮੈਂ ਤੇ ਇੱਥੇ ਟਿੰਬਾਲੇ ਠੀਕ ਆ। ਹਾਂਜੀ ਹਾਂਜੀ ਸਰ ਇਹ ਤਾਂ ਹੈ ਹੀ ਹੈ। ਗੱਲ ਇਹ ਹੁੰਦੀ ਹੈ, ਹਰੇਕ ਬੰਦਾ ਇੱਕ ਨਾ ਇੱਕ ਇੱਕ ਅੰਦਰ ਇੱਕ ਤੋਲਦਾ ਹੈ ਉਹਨੂੰ ਕਿ ਵੀ ਇਹ ਇਜ਼ ਇਟ ਵਰਥ ਇਟ ਔਰ, ਕਿ ਮੈਂ ਵੀ ਪੈਸੇ ਖਰਚਾਂ ਨਹੀਂ ਖਰਚਾਂ, ਇਹਦੇ ਨਾਲ ਮੇਰਾ ਕੀ ਫਾਇਦਾ ਹੋਏਗਾ ਵਗੈਰਾ ਵਗੈਰਾ। ਤੇ ਮੈਨੂੰ ਇਹ ਲੱਗਦਾ ਕਿ ਜੋ ਸਰਵਿਸ ਆਪਾਂ ਜੋ ਜੋ ਥੋੜਾ ਬਹੁਤ, ਕਿਉਂਕਿ ਮੈਂ ਵੀ ਗੁਜ਼ਾਰਾ ਕਰਨਾ ਹੈ ਕੁਛ ਨਾ ਕੁਛ, ਮੈਂ ਵੀ ਆਪਣੇ ਬਿਜਲੀ ਪਾਣੀ ਦਾ ਬਿੱਲ ਦੇਣਾ ਕਿ ਨਹੀਂ, ਹਾਂਜੀ ਅਗਰ ਜੇ ਮੈਂ ਕਿਸੇ ਨੂੰ ਪੈਸੇ ਚਾਰਜ ਕਰਕੇ, ਅਗਰ ਕਿਸੇ ਨੂੰ ਉਹਨਾਂ ਨੂੰ ਕੋਈ ਸਹੀ ਰਾਹ ਪਾ ਰਿਹਾ, ਸਹੀ ਗਾਈਡੈਂਸ ਦੇ ਰਿਹਾ, ਤੇ ਮੈਂ ਕੋਈ ਗਲਤ ਨਹੀਂ ਕਰ ਰਿਹਾ, ਉਹ ਮਰਜ਼ੀ ਅਗਲੇ ਦੀ ਹੈ ਕਿ ਉਹਨਾਂ ਨੇ ਅਗਰ ਜੇ ਵਰਥ ਇਟ ਲੱਗਦਾ ਹੈ ਤੇ ਉਹ ਦੇਣਗੇ, ਨਹੀਂ ਹੈ ਤੇ ਬਾਈ ਸਤਿ ਸ਼੍ਰੀ ਅਕਾਲ, ਨੋ ਪ੍ਰੋਬਲਮ ਵੀਰ ਉਨਕੇ। ਬਿਲਕੁਲ ਸਰ ਬਿਲਕੁਲ ਜੀ ਬਿਲਕੁਲ ਪਰ ਮੈਨੂੰ ਐਕਚੁਅਲੀ ਮੈਨੂੰ ਫੀਲ ਇਹ ਹੁੰਦਾ ਕਿ ਬਈ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਤੁਸੀਂ ਸੋਚਿਆ ਕਿ ਵੀ ਉਹਨੂੰ ਅਫੋਰਡ ਕਰ ਸਕਦੇ ਹੈ ਫੀਸ, ਕੈਨੇਡੀਅਨ ਹਾਂਜੀ ਸਰਕਾਰ ਹਾਂਜੀ ਫੀਸ ਪਰ ਅਫੋਰਡ ਕਰ ਸਕਦੇ ਹੈ, ਬਾਇਓਮੈਟ੍ਰਿਕ ਦੀ ਫੀਸ ਅਫੋਰਡ ਕਰ ਸਕਦੇ ਹੈ, ਆਪਾਂ ਹਵਾਈ ਜਹਾਜ਼ ਦੀ ਟਿਕਟ ਅਫੋਰਡ ਕਰ ਸਕਦੇ ਹਾਂ, ਬਸ ਜਿਹੜੀ ਚੀਜ਼ ਅਫੋਰਡ ਨਹੀਂ ਕਰ ਸਕਦੇ ਉਹ ਅਮਰਜੋਤ ਦੀ ਫੀਸ ਨਹੀਂ ਅਫੋਰਡ ਕਰ ਸਕਦੇ, ਬਸ ਇਹ ਗੱਲ ਹੈ ਹਾਂਜੀ। ਨਾ। ਨਹੀਂ ਸਰ ਮੈਨੂੰ ਤਾਂ ਸਰ ਇਹੀ ਸੀਗਾ ਵੀ ਸਰ ਜੇ ਸ਼ਾਇਦ ਸਾਡਾ ਕੰਟੈਕਟ ਨਾ ਹੁੰਦਾ ਸਰ, ਜਿੱਦਾਂ ਮੈਂ ਤੁਹਾਨੂੰ ਆਪਣੀ ਗੱਲ ਹੋਈ ਸਰ ਜਦੋਂ ਮੈਂ ਤੁਹਾਨੂੰ ਦੱਸਿਆ ਆਪਣੇ ਕੇਸ ਬਾਰੇ, ਸਰ ਤੁਸੀਂ ਮੈਨੂੰ ਉਹ ਮੇਨ ਡਿਟੇਲ ਦੱਸਦੇ ਸੀ, ਇਸ ਕਰਕੇ ਤੇਰੀ ਇੰਟਰਵਿਊ ਰੱਖੀ ਗਈ ਆ, ਸੋ ਮੇਰਾ ਸਰ ਮੈਂ ਉਸੇ ਮੇਰਾ ਚੀਜ਼ ਤੇ ਸਰ ਮੇਰਾ ਪੜ੍ਹ ਕੇ। ਐਨਾਲਿਸਿਸ ਮੇਰਾ ਐਨਾਲਿਸਿਸ ਵਗੇ, ਬਾਕੀ ਮੈਨੂੰ ਤੁਹਾਡੇ, ਕਿਉਂਕਿ ਐਵਰੀਡੇ ਮੇਰੇ ਕੋਲ ਨਏ ਕੇਸ ਹੈ, ਰੋਜ਼ ਮੇਰੇ ਕੋਲ ਨਏ ਨਏ ਕੇਸ ਆ ਰਹੇ ਹਨ, ਪਰ ਜੋ ਵੀ ਤੁਹਾਡੇ ਕੇਸ ਦੇ ਬਾਰੇ ਮੈਂ ਤੁਹਾਨੂੰ ਜੋ ਦੱਸਿਆ ਸੀ ਆਪਣਾ ਨਿਚੋੜ, ਜੋ ਐਨਾਲਿਸਿਸ, ਉਹ ਸਹੀ ਰਿਹਾ ਕਿ ਨਹੀਂ, ਸਹੀ ਨਿਸ਼ਾਨੇ ਲੱਗੇ ਕਿ ਨਹੀਂ? ਸਰ 100% ਸਰ, ਸਰ ਉਹਦੇ ਹੀ ਰਾਉਂਡ ਸਰ ਮੇਰੇ ਤੋਂ ਕੁਐਸਚਨ ਪੁੱਛੇ ਸਰ 100%। ਠੀਕ ਹੈ ਬਸ, ਚਲੋ ਬਹੁਤ ਬਹੁਤ ਵਧੀਆ ਲੱਗਿਆ ਨਵਰੋਜ ਜੀ, ਤੁਸੀਂ ਆ ਰਹੇ ਹੋ ਕੈਨੇਡਾ, ਆ ਜਾਓਗੇ, ਬਸ 10-15 ਦਿਨ ਹੋਰ ਦੇਖ ਲਓ, ਨਹੀਂ ਹੈ ਤੇ ਉਹਨੂੰ ਇਮੀਗ੍ਰੇਸ਼ਨ, ਅਗਰ ਜੇ ਮੈਸੇਜ ਤੁਹਾਨੂੰ ਆਟੋਮੈਟਿਕ ਨਹੀਂ ਆਇਆ
ਆਪਣੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕਹਿਣਾ ਭਾਜੀ ਤੁਸੀਂ ਪੈਸੇ ਬਹੁਤ ਲੈ ਚੁੱਕੇ ਹੋ, ਇੱਕ ਮੈਸੇਜ ਹੋਰ ਕਰ ਦਿਓ ਫ੍ਰੀ ਦਾ, ਤੇ ਜੇ ਨਹੀਂ ਹੁੰਦਾ ਨਹੀਂ ਹੁੰਦਾ ਤਾਂ ਮੈਂ ਨਹੀਂ ਹੁੰਦਾ ਤਾਂ ਮੈਂ ਕਰ ਦਿਆਂਗਾ, ਕੋਈ ਗੱਲ ਨਹੀਂ। ਠੀਕ ਹੈ ਸਰ, ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ ਜੀ, ਥੈਂਕ ਯੂ, ਟੇਕ ਥੈਂਕ ਟੇਕ ਯੂ, ਕੇਅਰ ਐਂਡ ਗੁੱਡ ਲੱਕ। ਥੈਂਕ ਯੂ ਸਰ।